ਬਹੁਤ ਸਾਰੇ ਇਲਜ਼ਾਮ ਪ੍ਰੋਡਿਊਸਰਾਂ ਤੇ ਕੁੜੀਆਂ ਬਾਅਦ ਦੇ ਵਿੱਚ ਲਾਉਂਦੀਆਂ ਨੇ ਜੀ, ਬਾਹਲੇ ਲਾਉਂਦੀਆਂ ਨੇ ਜੀ, ਬੜੇ ਭੈੜੇ ਲਾਉਂਦੀਆਂ ਨੇ ਜੀ। ਤੁਹਾਡਾ ਕਿਵੇਂ ਜਿਹਾ ਹੁਣ ਐਕਸਪੀਰੀਅੰਸ? ਲੱਕੜੀ ਦੀ ਪੌੜੀ ਉੱਤੋਂ ਗਈ ਮੈਂ ਤਿਲਕ ਵੇ, ਵੱਖੀ ਕੋਲੋਂ ਲੈ ਗਿਆ ਮਾਸ ਦਾ ਛਿਲਕ ਵੇ। ਅਜੀਬ ਜਿਹੇ ਕੱਪੜੇ ਪਾ ਕੇ ਕੁੜੀਆਂ ਆ ਜਾਂਦੀਆਂ, ਇੱਦਾਂ ਨਹੀਂ ਫੇਮ। ਇਹ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਦਿਖਾ ਕੇ ਫੇਮ ਨਹੀਂ ਲੈਣਾ ਚਾਹੀਦਾ। ਤੁਸੀਂ ਨਾ ਬੌਂਡ ਵੀ ਹੋ, ਹਨਾ ਜੀ, ਕਿੰਨਾ ਔਖਾ ਹੁੰਦਾ ਕਿਉਂਕਿ ਬਹੁਤ ਸਾਰੇ ਇਲਜ਼ਾਮ ਪ੍ਰੋਡਿਊਸਰਾਂ ਤੇ ਕੁੜੀਆਂ ਬਾਅਦ ਦੇ ਵਿੱਚ ਲਾਉਂਦੀਆਂ ਨੇ ਜੀ, ਬਾਹਲੀ ਲਾਉਂਦੀਆਂ ਨੇ ਜੀ, ਬੜੇ ਭੈੜੇ ਲਾਉਂਦੀਆਂ ਨੇ ਜੀ। ਤੁਹਾਡਾ ਕਿਵੇਂ ਜਿਹਾ ਹੁਣ ਐਕਸਪੀਰੀਅੰਸ? ਜਿੱਦਾਂ ਮੇਰਾ ਐਕਸਪੀਰੀਅੰਸ ਤਾਂ ਬਹੁਤ ਵਧੀਆ, ਮੈਂ ਖੁਦ ਇਹ ਚੀਜ਼ਾਂ ਦੇਖਦੀ ਹਾਂ, ਸੁਣਿਆ ਵੀ ਆ ਔਰ ਦੇਖਿਆ ਵੀ ਆ। ਅਤੇ ਮੈਂ 19 'ਚ ਸਾਈਨ ਹੋਈ ਸੀ, 24 ਚੱਲ ਰਿਹਾ। ਮੈਂ ਇਹੀ ਕਹੂੰਗੀ ਕਿ ਸਿੰਗਰ ਪ੍ਰੋਡਿਊਸਰ ਨੂੰ ਜਿਸ ਨਜ਼ਰ ਨਾਲ ਦੇਖਿਆ ਜਾਂਦਾ, ਅਤੇ ਮੈਂ ਆਪਣੇ ਆਪ ਨੂੰ ਇਹੀ ਕਹੂੰਗੀ ਕਿ ਜੋ ਸਾਡੀ ਬੌਂਡਿੰਗ ਹੈਗੀ ਆ ਉਹ ਮੇਰੇ ਲਈ ਫਰੈਂਡ ਵੀ ਆ, ਮੇਰੇ ਮਾਂ ਬਾਪ ਵੀ ਆ ਔਰ ਮੇਰੇ ਬ੍ਰਦਰ ਸਿਸਟਰ ਵੀ ਆ। ਮੇਰੇ ਲਈ ਉਹ ਸਭ ਕੁਛ ਨੇ ਜੋ ਮੇਰੇ ਹਰ ਗੱਲ 'ਚ ਸਪੋਰਟ ਕਰਦੇ ਆ ਮੈਨੂੰ ਹਰ ਗੱਲ ਦੇ ਵਿੱਚ। ਇੱਥੋਂ ਤੱਕ ਕਿ ਮੈਂ ਕਈ ਵਾਰ ਜਿੱਦਾਂ ਹੋ ਗਿਆ ਘਰ ਦੇ ਵਿੱਚ ਇੱਦਾਂ ਸੁਸਤ ਹੋ ਕੇ ਬੈਠੇ ਰਹਿਣਾ, ਪਰ ਉਹਨਾਂ ਨੇ ਇੰਨਾ ਮਤਲਬ ਉਹ ਕਰਨਾ ਕਿ ਤੂੰ ਅਰਸ਼ ਉੱਠ ਕੇ ਰਾਜ ਕਰ, ਅਰਸ਼ ਚੱਲ ਗਾ, ਮਤਲਬ ਇੰਨਾ ਜ਼ਿਆਦਾ ਉਹ ਮੈਨੂੰ ਗਾਈਡ ਕਰਦੇ ਆ ਵੀ ਮੇਰੇ ਪਿੱਛੇ ਬਹੁਤ ਜ਼ਿਆਦਾ ਸਪੋਰਟ ਕਰਦੇ ਨਹੀਂ। ਪਰ ਕਈ ਵਾਰੀ ਇਹ ਵੀ ਬੰਦਾ ਕਹਿੰਦਾ ਯਾਰ ਮੁੱਲ ਥੋੜ੍ਹੀ ਲੈ ਰਿਹਾ ਮੇਰੀ ਜ਼ਿੰਦਗੀ ਜਾਂ ਨਹੀਂ ਨਹੀਂ ਇੱਦਾਂ ਦਾ ਕੁਛ ਵੀ ਨਹੀਂ ਹੈ। ਲੋਕ ਕਹਿੰਦੇ ਆ ਹੁੰਦਾ ਠੀਕ ਆ, ਚਲੋ ਅਗਰ ਕਿਸੇ ਨਾਲ ਹੋਇਆ ਤਾਂ ਬੰਦਾ ਸ਼ੇਅਰ ਕਰਦਾ। ਨਹੀਂ ਨਹੀਂ ਮੈਂ ਵੈਸੇ ਕਹਿੰਦਾ ਕਿ ਇਨਸਾਨ ਕਿਸੇ ਦਾ ਇੰਨੀ ਬਰਡਨ ਨਹੀਂ ਚੱਲਦਾ। ਅੱਜ ਕੱਲ੍ਹ ਦਾ ਜਿਹੜਾ ਜ਼ਮਾਨਾ ਉਹਦੇ ਵਿੱਚ ਤਾਂ ਅਸੀਂ ਮਾਂ ਬਾਪ ਦੀ ਗੱਲ ਵੀ ਨਹੀਂ ਕਦੇ ਕਦੇ ਸੁਣਦੇ, ਫਿਰ ਉਹ ਚੀਜ਼ ਨੂੰ ਕਿਵੇਂ ਲੈਂਦੇ ਹੋ? ਕਦੇ ਕਦੇ ਨਾ ਬੰਦਾ ਕਚੀਚੀ ਜੀ ਵੀ ਲੈ ਜਾਂਦਾ ਵੀ ਯਾਰ ਇੰਨੇ ਪ੍ਰੋਡਿਊਸਰ ਸਾਹਿਬ ਕਹਿੰਦੇ ਰਿਆਜ਼ ਕਰੋ, ਆਹ ਕਰੋ, ਉਹ ਕਰੋ, ਅਤੇ ਯਾਰ ਮੁੱਲ ਥੋੜ੍ਹੀ ਲੈ ਲਿਆ, ਫਿਰ ਉਹ ਚੀਜ਼ ਨੂੰ ਆਪਦੇ 'ਤੇ ਕਿਵੇਂ ਹੰਢਾਉਣੇ? ਨਹੀਂ ਨਹੀਂ ਉਹ ਜਿੱਦਾਂ ਰਿਆਜ਼ ਵੀ ਹੁਣ ਸਾਡੇ ਚੰਗੇ ਲਈ ਕਹਿੰਦੇ ਆ, ਠੀਕ ਆ। ਹੁਣ ਅਗਰ ਆਪਾਂ ਸੋਚਿਆ ਕਿ ਅਸੀਂ ਗਾਉਣਾ ਹੀ ਆ ਅਤੇ ਅਸੀਂ ਉਹੀ ਕੰਮ ਲਈ ਆਪਾਂ ਨੂੰ ਨਹੀਂ ਪਹਿਲ ਆਪਾਂ ਨਹੀਂ ਪਹਿਲ ਦੇਵਾਂਗੇ ਤਾਂ ਉਹ ਸਪੋਰਟ ਕਰਦੇ ਆ, ਉਹ ਚੰਗੀ ਗੱਲ ਹੈ ਜੀ। ਨਹੀਂ ਪਰ ਲੱਗਦਾ ਨਹੀਂ ਹੈਗਾ ਕਿਉਂਕਿ ਜਿਹੜੇ ਤੁਹਾਡੇ ਪ੍ਰੋਡਿਊਸਰ ਸਾਹਿਬ ਨੇ ਪਵਿੱਤਰ ਪਿੱਤਾ ਹੋਣੀ, ਤਾਂ ਮੈਂ ਜੇ ਉਹਨਾਂ ਦਾ ਨਾਮ ਠੀਕ ਬੋਲਿਆ, ਹਾਂਜੀ ਹਾਂਜੀ ਪਵਿੱਤਰ, ਤੇ ਉਹ ਮੈਂ ਉਹਨਾਂ ਨੇ ਪਿੱਛੇ ਜੇ ਵੀ ਇੱਕ ਕੁੜੀਆਂ ਉਹਨਾਂ ਨੇ ਬੌਂਡ ਕਰੀਆਂ ਨੇ, ਹੈ ਨਾ, ਤਾਂ ਬਾਅਦ ਦੇ ਵਿੱਚ ਉਹ ਮੈਂ ਅਕਸਰ ਜਦੋਂ ਸੁਣਦਾ ਵੀ ਹਾਂ ਤਾਂ ਉਹਨਾਂ ਦਾ ਕਿਤੇ ਜ਼ਿਕਰ ਨਹੀਂ ਹੁੰਦਾ, ਤਾਂ ਤੁਹਾਡੇ ਮਨ ਦੇ ਵਿੱਚ ਨਹੀਂ ਹੈਗਾ ਵੀ ਜਾਂ ਤੁਹਾਨੂੰ ਤੁਹਾਡੇ ਤੋਂ ਲੋਕ ਕਦੇ ਇਹ ਮਨ ਦੇ ਵਿੱਚ ਆਇਆ ਨਹੀਂ ਹੈਗਾ ਵੀ ਯਾਰ ਮੈਂ ਸਟਾਰ ਬਣ ਗਈ ਤਾਂ ਮੈਂ ਆਪਣੇ ਪ੍ਰੋਡਿਊਸਰ ਨੂੰ ਇਸ ਲੈਵਲ 'ਤੇ ਲੈ ਕੇ ਜਾਣਾ? ਕਿਉਂਕਿ ਬਹੁਤ ਵਾਰੀ ਕੁੜੀਆਂ ਹੁੰਦੀਆਂ ਨੇ ਜਦੋਂ ਸਟਾਰ ਬਣ ਜਾਂਦੀਆਂ ਨੇ ਤਾਂ ਸਭ ਤੋਂ ਪਹਿਲਾਂ ਪ੍ਰੋਡਿਊਸਰ ਦਾ ਨਾਮ ਲੈਣਾ ਹੀ ਭੁੱਲਦੀਆਂ ਨੇ, ਅਤੇ ਸਭ ਤੋਂ ਪਹਿਲਾਂ ਉਹ ਇਹ ਕਹਿੰਦੀਆਂ ਨੇ ਅਸੀਂ ਕਿਸੇ ਨਾਲ ਸਾਈਨ ਨਹੀਂ ਸੀ, ਜਾਂ ਜਿੰਨਾ ਚਿਰ ਸਾਈਨ ਰਹੀਆਂ ਸਾਡੇ ਉਹਨੇ 1 ਰੁਪਈਆ ਖਾਤੇ 'ਚ ਨਹੀਂ ਪਾਇਆ। ਨਹੀਂ ਇੱਦਾਂ ਦਾ ਕੁਛ ਨਹੀਂ ਹੁੰਦਾ, ਜਿੱਦਾਂ ਚਲੋ ਮੇਰੀ ਫੈਮਿਲੀ ਤੋਂ ਸਪੋਰਟ ਤਾਂ ਮੈਨੂੰ ਹੈਗੀ ਆ, ਠੀਕ ਆ, ਫੈਮਿਲੀ ਤੋਂ ਹਰ ਕਿਸੇ ਨੂੰ ਹੁੰਦੀ ਆ ਜੋ ਕਰਦੇ ਆ, ਅਤੇ ਉਹ ਬੰਦੇ ਜੋ ਪਵਿੱਤਰ ਪਿਤਾ ਜੀ ਹੈਗੇ ਆ ਉਹ ਮੇਰੇ ਲਈ ਮਤਲਬ ਇੱਕ ਗੋਡ ਹੈ, ਠੀਕ ਆ, ਜਿਨ੍ਹਾਂ ਨੇ ਮੇਰੀ ਬਹੁਤ ਜ਼ਿਆਦਾ ਸਪੋਰਟ ਕੀਤੀ। ਜਿਹੜੀਆਂ ਕੁੜੀਆਂ ਹੁੰਦੀਆਂ ਨੇ ਮਾਂ ਨਾਲ ਬਹੁਤ ਗੱਲ ਸ਼ੇਅਰ ਕਰਦੀਆਂ ਨੇ, ਮਾਂ ਉਹਨਾਂ ਨੂੰ ਹੌਸਲਾ ਵੀ ਦਿੰਦੀ ਹੈ, ਤੁਹਾਡੇ ਮੰਮੀ ਮਿਊਜ਼ਿਕ ਨੂੰ ਲੈ ਕੇ ਵੀ ਉਹਨੇ, ਤਾਂ ਫਿਰ ਉਹਨਾਂ ਨਾਲ ਕਿਹੋ ਜਿਹੀਆਂ ਗੱਲਾਂ ਤੁਹਾਡੀਆਂ ਫਿਰ ਸਾਂਝ ਪੈਂਦੀ ਹੈ ਜਦੋਂ ਗੱਲਾਂ ਹੁੰਦੀਆਂ ਨੇ? ਜੀ, ਮੰਮਾ ਨਾਲ ਜਿੱਦਾਂ ਮੰਮਾ ਦਾ ਫੋਨ ਆਉਂਦਾ ਰਹਿੰਦਾ ਰੋਜ਼ ਤਕਰੀਬਨ ਗੱਲ ਹੁੰਦੀ ਆ, ਅਤੇ ਉਹ ਮੰਮਾ ਜਿੱਦਾਂ ਮੰਮੀ ਨੂੰ ਮੰਮੀ ਪਾਪਾ ਦੋਨੋਂ ਹੋ ਗਏ, ਫਰੈਂਡ ਬਣਨਾ ਬਹੁਤ ਜ਼ਰੂਰੀ ਆ, ਬਿਲਕੁਲ ਬਿਲਕੁਲ, ਠੀਕ ਹੈ, ਅਤੇ ਮੇਰੇ ਮੰਮਾ ਜਿੱਦਾਂ ਫਰੈਂਡਸ ਹੀ ਆ ਮੇਰੇ, ਅਤੇ ਅਸੀਂ ਆਲਮੋਸਟ ਹਰ ਇੱਕ ਗੱਲ ਸ਼ੇਅਰ ਕਰਦੇ ਹਾਂ, ਉਹਨਾਂ ਨੇ ਵੀ ਪੂਰੇ ਦਿਨ 'ਚ ਕੀ ਹੋਇਆ ਜਾਂ ਤੂੰ ਕੀ ਕੀਤਾ, ਹੈ ਨਾ, ਹਰ ਗੱਲ 'ਚ ਉਹ ਗਾਈਡ ਕਰਦੇ ਆ, ਅਤੇ ਇਹ ਚੀਜ਼ ਹੋਣੀ ਬਹੁਤ ਜ਼ਰੂਰੀ ਹੁੰਦੀ ਆ।